ਹਾਂਜੀ ਦੋਸਤੋ, ਤੁਹਾਡਾ ਸਵਾਗਤ ਹੈ ਯੂਟਿਊਬ ਚੈਨਲ ਦੇ ਉੱਪਰ। ਅੱਜ ਤੁਹਾਨੂੰ ਅਸੀਂ 4.5 ਮੀਟਰ ਕੁੜਤੇ ਪਜਾਮੇ ਦੀ ਕਟਾਈ, ਆਲ ਓਵਰ ਕੁੜਤੇ ਪਜਾਮੇ ਦੀ ਕਟਾਈ ਦੱਸਾਂਗੇ ਤੁਹਾਨੂੰ। 4.5 ਮੀਟਰ ਕੁੜਤੇ ਪਜਾਮੇ 'ਚੋਂ ਜਿਸਦਾ ਨਾਪ ਆ ਸਾਡੇ ਕੋਲ 39.5 ਇੰਚ ਕਮੀਜ਼, 22.5 ਇੰਚ ਬਾਂਹ ਅਤੇ 38.5 ਇੰਚ ਕਮੀਜ਼ ਪਜਾਮਾ ਬਣਾਉਣਾ ਗਾ। ਹਾਂਜੀ ਆ ਜਾਓ, ਤੁਹਾਨੂੰ ਕੁੜਤੇ ਪਜਾਮੇ ਦੀ ਕਟਾਈ ਸਿਖਾਉਂਦੇ ਹਾਂ। 4.5 ਮੀਟਰ 'ਚੋਂ ਇਹਦਾ 42 ਇੰਚ ਪਣਾ ਜਿਹੜਾ ਆਪਾਂ ਇਹ ਕਮੀਜ਼ ਬਣਾਉਣਾ ਗਾ, ਪਹਿਲਾਂ ਕੱਟਣਾ ਉਹ 29 ਇੰਚ ਛਾਤੀ ਦਾ ਹੈਗਾ, ਯਾਨੀ ਕਿ 29 ਇੰਚ ਦਾ ਚੌਥਾ ਹਿੱਸਾ 14.5 ਇੰਚ। 14.5 ਇੰਚ ਦੇ ਵਿੱਚ ਆਪਾਂ ਨੇ 4 ਇੰਚ ਲੂਜ ਪਾ ਲੈਣਾ ਗਾ। 18.5 ਇੰਚ ਕਟਾਈ ਦਾ ਆਪਾਂ ਨੇ ਘੇਰਾ ਕਰਨਾ। ਹੁਣ ਆਪਾਂ ਇਹਦਾ ਪਹਿਲਾਂ ਕਾਣ ਕੱਢ ਦਿੰਦੇ ਹਾਂ ਸਾਰਾ। ਪਹਿਲਾਂ ਆਪਾਂ ਕਮੀਜ਼ ਦੀ ਲੰਬਾਈ ਲਵਾਂਗੇ, ਸਿੰਗਲ ਲੰਬਾਈ ਦੇ ਵਿੱਚੋਂ ਕਮੀਜ਼ ਆ ਜੂਗਾ ਇਹਦਾ। ਕਮੀਜ਼ ਦੀ ਲੰਬਾਈ 39.5 ਇੰਚ ਹੈ। 39.5 ਨੂੰ ਆਪਾਂ 40.5 ਇੰਚ ਕੱਟਾਂਗੇ, ਕਿਉਂਕਿ ਇਹ ਸਿੰਗਲ ਹੈ। ਜੇ ਆਪਾਂ ਦੂਰੇ ਕੱਪੜੇ ਦੇ ਵਿੱਚੋਂ ਕੱਟਣਾ ਹੋਵੇ ਤਾਂ ਕਮੀਜ਼ ਨੂੰ ਜਿੰਨੀ ਕਮੀਜ਼ ਦੀ ਲੰਬਾਈ ਹੈ, ਮੰਨ ਲਓ ਗੱਲ ਵੀ 39.5 ਇੰਚ ਲੰਬਾਈ ਦਾ ਆਪਣੇ ਕਮੀਜ਼ ਨੂੰ ਆਪਾਂ 39.5 ਇੰਚ ਹੀ ਕੱਟ ਲਵਾਂਗੇ। ਅਤੇ ਹੁਣ ਇਹ ਸਿੰਗਲ ਬਣੇ 'ਚੋਂ ਕੱਟਣਾ ਆਪਾਂ ਨੇ, ਹੁਣ ਆਪਾਂ ਇਹਨੂੰ 1 ਇੰਚ ਵਧਾ ਕੇ ਕੱਟਾਂਗੇ। ਇਹਨੂੰ ਦੋਨਾਂ ਪਾਸੋਂ ਮੋੜ ਲੈਣਾ ਹੈ, ਦੋਨੇ ਸਿਰੇ ਇੱਕੋ ਜਿਹੇ ਕਰਾਂਗੇ ਆਪਾਂ, ਫਿਰ ਦੂਸਰੀ ਸਾਈਡ ਆਪਣੇ ਕਾਣ ਨਹੀਂ ਪੈਂਦਾ। ਕੰਨੀ ਆਪਾਂ ਨੇ ਲਾ ਲੈਣੀ ਹੈ, ਜਿੰਨੀ ਵੀ ਕੰਨੀ ਆ ਸਾਰੀ ਲਾ ਲੈਣੀ। ਹੁਣ ਆਪਾਂ ਨੇ 29 ਇੰਚ ਛਾਤੀ ਦਾ ਕਮੀਜ਼ ਬਣਾਉਣਾ ਹੈ। 29 ਇੰਚ ਦਾ ਅੱਧਾ ਹੈ 14.5 ਇੰਚ। 14.5 ਇੰਚ ਦੇ ਵਿੱਚ ਆਪਾਂ ਨੇ 4 ਇੰਚ ਲੂਜ ਪਾਉਣਾ ਹੈ। 18.5 ਇੰਚ 18.5 ਇੰਚ 'ਤੇ ਆਪਾਂ ਨੇ ਨਿਸ਼ਾਨ ਲਾ ਕੇ ਇਹਨੂੰ ਟੱਕ ਲਾ ਦੇਣਾ। ਉਸ ਤੋਂ ਬਾਅਦ ਆਪਾਂ ਨੇ ਇਸਨੂੰ ਦੋਨੇ ਹੀ ਟੱਕਾਂ ਦੇ ਨਾਲ ਮਿਲਾ ਲੈਣਾ। ਕੱਪੜਾ ਉਤਾਰ ਲਿਆ, ਇਹਦਾ ਅੰਦਰਲਾ ਪਾਸਾ ਪੁੱਠਾ ਹੈ ਆਹ ਚੀਜ਼, ਆਪਾਂ ਪੁੱਠੇ ਪਾਸੇ ਦੀ ਕਟਾਈ ਕਰਨੀ ਹੈ। ਇਹਦੀ ਹੁਣ ਆਪਾਂ ਨੇ ਉੱਪਰਲੇ ਹਿੱਸੇ ਤੋਂ ਕਟਾਈ ਸ਼ੁਰੂ ਕਰਨੀ ਹੈ। 15.5 ਇੰਚ ਤੀਰਾ ਇਹਦਾ, 15.5 ਦੇ ਵਿੱਚ ਆਪਾਂ 1 ਇੰਚ ਹੋਰ ਲਾ ਦਿੰਦੇ ਤਾਂ 16.5 ਇੰਚ ਤੀਰਾ ਹੋ ਜੂ। ਛਾਤੀ ਹੈ ਇਹਦੀ 29 ਇੰਚ 29 ਇੰਚ ਛਾਤੀ ਦਾ
ਚੌਥਾ ਹਿੱਸਾ 7.25 ਇੰਚ ਵੱਡਦਾ। ਆਪਾਂ 7.25 'ਤੇ ਨਿਸ਼ਾਨ ਲਾ ਦੇਣਾ। ਇਸ ਨਿਸ਼ਾਨ ਨੂੰ ਆਪਣੇ ਇੱਥੋਂ ਸਿੱਧਾ ਕਰ ਲੈਣਾ। ਉੱਥੇ ਆਪਾਂ ਨੇ 16.25 'ਤੇ ਲਾਇਆ ਸੀ, ਇੱਥੇ ਆਪਾਂ ਨੇ ਤੀਰੇ ਦਾ ਨਿਸ਼ਾਨ ਲਾ ਲਿਆ। ਉਸ ਤੋਂ ਬਾਅਦ ਆਪਾਂ ਆਹ ਮੋਢੇ ਦਾ ਨਿਸ਼ਾਨ ਲਾਉਣਾ, ਛਾਤੀ ਦੇ ਚੌਥੇ ਹਿੱਸੇ ਦਾ। ਛਾਤੀ 29 ਇੰਚ ਹੈ, ਛਾਤੀ ਦਾ ਚੌਥਾ ਹਿੱਸਾ 7.75 ਇੰਚ ਹੈ। ਇਸ ਤੋਂ ਬਾਅਦ ਆਪਣੇ ਇਹ ਨਿਸ਼ਾਨ ਜਿਹੜਾ ਆਪਾਂ ਨੇ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਵੀ 14.5-14.25 ਦੇ ਵਿੱਚ 4 ਇੰਚ ਮਿਲਾ ਕੇ 18.5 ਇੰਚ ਹੋ ਗਿਆ ਸੀ। 18.5 ਇੰਚ ਆਪਾਂ ਨੇ ਇੱਥੇ ਨਿਸ਼ਾਨ ਲਾ ਲਿਆ। ਜਿਹੜਾ ਆਪਣਾ ਤੀਰਾ ਹੈ ਹੁਣ, ਉਹ ਤੀਰੇ ਦਾ ਨਿਸ਼ਾਨ ਆਪਣੇ ਕੋਲ ਤੀਰਾ 14.5 ਇੰਚ ਹੈ। ਇੱਥੇ ਆਪਾਂ 14.5 'ਤੇ ਹੀ ਨਿਸ਼ਾਨ ਲਾਵਾਂਗੇ ਜਿਹੜਾ ਨਿਸ਼ਾਨ ਆ। ਪਰ ਉਸ ਤੋਂ ਪਹਿਲਾਂ ਆਪਾਂ ਨੇ ਫੱਟੀ ਨਾਲ ਇਸ ਨਿਸ਼ਾਨ ਨੂੰ ਸਿੱਧਾ ਕਰ ਲੈਣਾ। ਹੁਣ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ। ਹੁਣ ਆਪਾਂ ਨੇ 14.5 ਇੰਚ ਤੀਰੇ ਵਾਸਤੇ ਇਹ ਜਗ੍ਹਾ ਘਟਾ ਦੇਣੀ ਹੈ। ਬਿਲਕੁਲ ਇਹਨੂੰ ਸਾਫ ਕਰ ਲੈਣਾ। ਉਸ ਤੋਂ ਬਾਅਦ ਆਪਾਂ ਨੇ ਫਰੰਟ ਦੀ 14 ਇੰਚ ਇਹਦਾ ਕਾਲਰ ਹੈ, 14 ਇੰਚ ਕਾਲਰ ਨੂੰ ਆਪਾਂ ਨੇ 2.25 ਇੰਚ 'ਤੇ ਨਿਸ਼ਾਨ ਛੱਡ ਦੇਣਾ। ਅਤੇ ਜਿਹੜੀ ਆਪਣੇ ਆਹ ਢਾਲ ਪਾਉਣੀ ਹੈ, ਇਹ 14.5 ਇੰਚ ਪਾਈ ਹੋਈ ਸੀ, 1.5 ਇੰਚ ਆਪਣੇ ਫਰੰਟ ਦੀ ਢਾਲ ਪਾ ਦੇਣੀ ਹੈ। ਜਿਹੜੀ ਕਿ 14 ਇੰਚ ਤੀਰੇ ਨਾਲ ਥੱਲੇ ਢਾਲ ਆ ਜਾਊਗੀ ਇਹਦੀ, ਦਾ ਨਿਸ਼ਾਨ ਲਾ ਲੈਣਾ। ਨਿਸ਼ਾਨ ਲਾ ਕੇ ਆਪਾਂ ਨੇ ਇਹਦੀ ਵੀ ਕਟਿੰਗ ਕਰ ਦੇਣੀ ਹੈ। ਹੁਣ ਆਪਾਂ ਨੇ ਕੀ ਕਰ, ਉਸ ਤੋਂ ਬਾਅਦ ਆਪਾਂ ਨੇ ਜਿੰਨਾ ਆਪਣਾ ਤੀਰਾ ਹੈ ਉੱਪਰੋਂ ਮੋਢੇ ਤੋਂ, ਉਨਾ ਹੀ ਆਪਾਂ ਨੇ ਥੱਲੋਂ ਨਿਸ਼ਾਨ ਲਾ ਦੇਣਾ ਹੈਗਾ ਇਸ ਚੀਜ਼ ਤੋਂ। ਇਹ ਚੀਜ਼ ਹੈ ਜਿਹੜੀ ਆਪਣੀ, ਉਹੀ ਸੂਤ ਘੱਟ 8 ਤੋਂ ਫੱਟੀ ਦੇ ਨਾਲ ਇਹਨੂੰ ਨਿਸ਼ਾਨ ਨੂੰ ਲਾ ਲੈਣਾ ਹੈਗਾ। ਇਹ ਨਿਸ਼ਾਨ ਆਪਾਂ ਨੇ ਲਾ ਲਿਆ। ਇਹ ਨਿਸ਼ਾਨ ਤੋਂ ਵੀ ਆਪਾਂ ਨੇ ਕਮੀਜ਼ ਕੱਟ ਦੇਣੀ ਆ। ਮੋਢੇ ਦੀ ਗੁਲਾਈ ਆਪਾਂ ਨੇ ਕੱਟ ਦਿੱਤੀ ਹੈ ਇੱਥੋਂ, ਅਤੇ ਜਿਹੜੀ ਆਪਣੀ ਥੱਲੜੀ ਗੁਲਾਈ ਹੈ ਇਹਨੂੰ ਬਿਲਕੁਲ ਸਾਫ਼ ਕਰ ਦੇਣਾ। ਹੁਣ ਆਪਾਂ ਨੇ ਇਸ ਤੋਂ ਬਾਅਦ ਨੀਚੇ ਜਾਣਾ। ਆਪਾਂ ਨੇ ਇਹਦੀ 14.5 ਇੰਚ 'ਤੇ ਢਾਕ ਰੱਖਣੀ ਹੈ। 14.5 ਦਾ ਅੱਧਾ 7.75। ਹੁਣ ਇੱਥੇ ਆਪਾਂ ਨੇ ਇਹ 18.5 ਇੰਚ ਨਿਸ਼ਾਨ ਆਪਾਂ ਨੇ 8 ਇੰਚ ਲੂਜ ਪਾਇਆ ਇੱਥੋਂ, 4 ਇੰਚ ਘੇਰੇ ਮਗਰ। ਹੁਣ ਇੱਥੋਂ ਆਪਾਂ ਨੇ 3.5 ਇੰਚ ਲੂਜ ਪਾਉਣਾ। 25 ਇੰਚ ਕਮਰਾ ਇਹਦੀ, 25 ਅਤੇ 7 32, ਜਾਣੀ ਕਿ 12.5 ਦੇ ਵਿੱਚ 3.5 ਇੰਚ ਆਪਾਂ ਨੇ ਲੂਜ ਪਾ ਦੇਣਾ। ਉਹ 25 ਅਤੇ 7 32 8 ਇੰਚ ਬਣ ਜਾਣਾ ਇਹਦਾ ਹਿੱਸਾ, ਕਿਉਂਕਿ ਕਮਰ ਦਾ ਹਿੱਸਾ ਜਿਹੜਾ ਉਹ 25 ਇੰਚ ਹੈ, 6.25 ਇੰਚ।
ਸਵਾ ਸੀ ਦੇ ਵਿੱਚ ਆਪਾਂ ਨੇ ਇੱਥੋਂ ਪੌਣੇ ਦੋ ਇੰਚ ਪਾਤਾ ਲੂ। ਹੁਣ ਆਪਾਂ ਨੇ ਜਿਹੜੀ ਆਹ ਚੀਜ਼ ਹੈ ਇਹਨਾਂ ਦੀ, ਇਹਦਾ ਪੇਟ ਹੈ ਉਹ ਪੇਟ 27 ਇੰਚ ਹੈ, ਪੇਟ ਹੈ ਜਿਹੜਾ ਪੇਟ 27 ਇੰਚ ਹੈ। 27 ਇੰਚ ਦੇ ਵਿੱਚ ਵੀ ਆਪਾਂ ਨੇ 7 ਇੰਚ ਲੂਜ ਪਾਉਣਾ, 7 ਇੰਚ ਲੂਜ ਪਾਵਾਂਗੇ ਤਾਂ ਇਹ 34 ਇੰਚ ਹੋ ਜੂਗਾ, ਜਾਣੀ ਕਿ 27 ਦਾ ਅੱਧ ਪੌਣੇ 7, ਪੌਣੇ 7 ਦੇ ਵਿੱਚ ਆਪਾਂ ਪੌਣੇ 2 ਇੰਚ ਮਿਲਾ ਦਈਏ, ਪੌਣੇ 2 ਇੰਚ ਸਾਢੇ 8 ਇੰਚ ਹੋ ਗਿਆ, ਜਾਣੀ ਕਿ 34 ਇੰਚ। ਹੁਣ ਆਪਾਂ ਨੀਚੇ ਘੇਰੇ 'ਤੇ ਚਲੇ ਜਾਓ, ਘੇਰਾ ਜਿਹੜਾ ਆਪਾਂ ਨੇ ਇਹ ਬਣਾਉਣਾ ਇਹਦਾ ਓਨੇ ਜਿੰਨਾ ਆਪਾਂ ਨੇ ਉੱਪਰੋਂ ਛਾਤੀ ਤੋਂ ਰੱਖਿਆ ਸੀ, ਛਾਤੀ ਤੋਂ 2 ਸੂਤ ਘੱਟ ਰੱਖਣਾ ਹੈਗਾ, ਜਾਣੀ ਕਿ 18 ਇੰਚ ਰੱਖਣਾ ਹੈਗਾ ਛਾਤੀ ਦਾ ਜਿਹੜਾ ਹਿੱਸਾ ਹੈਗਾ। ਹੁਣ ਇਸ ਨੂੰ ਆਪਾਂ ਨੇ ਨਿਸ਼ਾਨ ਲਾਉਣਾ ਹੈ, ਇੱਥੋਂ ਫੱਟੀ ਤੋਂ ਧਰ ਕੇ ਆਪਾਂ ਨੇ ਇਹਨੂੰ ਟੈਪਰ ਕਰ ਲੈਣਾ, ਇੱਥੋਂ ਨਿਸ਼ਾਨ ਲਾ ਲੈਣਾ। ਉਸ ਤੋਂ ਬਾਅਦ ਇਸ ਨਿਸ਼ਾਨ ਦੇ ਉੱਪਰ ਆ ਜਾਣਾ ਆਪਾਂ ਨੇ। ਉਸ ਤੋਂ ਬਾਅਦ ਆਪਾਂ ਨੇ ਸਕੇਅਰ ਨਾਲ ਜਿਹੜਾ ਆਹ ਨਿਸ਼ਾਨ ਹੈ ਅਤੇ ਇਹ ਨਿਸ਼ਾਨ ਹੈ ਇਹਨੂੰ ਮਿਲਾ ਦੇਣਾ ਆਪਾਂ ਨੇ। ਉੱਪਰ ਛਾਤੀ ਦਾ ਨਿਸ਼ਾਨ ਆ ਗਿਆ, ਨੀਚੇ ਇਹ ਪੇਟ ਤੋਂ ਅਤੇ ਛਾਤੀ ਦੇ ਵਿਚਾਲੇ ਕਮਰ ਆ ਗਈ ਕਮੀਜ਼ ਦੀ, ਇਹ ਹਿੱਪ ਦੇ ਹਿਸਾਬ ਨਾਲ ਪੇਟ ਦੇ ਹਿਸਾਬ ਨਾਲ ਇੱਥੋਂ ਆਪਾਂ ਹਿੱਪ ਰੱਖਤੀ ਇਹਦੀ, ਇਹ ਘੇਰੇ ਦੇ ਹਿਸਾਬ ਨਾਲ। ਹੁਣ ਆਪਾਂ ਨੇ ਛਾਤੀ ਦੇ ਵਿੱਚੋਂ 8 ਇੰਚ ਲੂਜ ਪਾਇਆ, ਜਾਣੀ ਕਿ 14.5 ਅਤੇ 4 ਘੇਰੇ ਮਗਰ 4 ਇੰਚ ਲੂਜ, 18.5 ਇੱਥੋਂ ਆਪਾਂ ਨੇ ਕਮਰ ਦੇ ਵਿੱਚੋਂ 7 ਇੰਚ ਲੂਜ ਪਾਇਆ, ਜਾਣੀ ਕਿ 3.5 ਇੰਚ ਕਮਰ ਦੇ ਵਿੱਚੋਂ ਲੂਜ ਰੱਖਿਆ ਹੈਗਾ। ਕਮਰ ਹੈ ਇਹਦੀ 25 ਇੰਚ, 25 ਇੰਚ ਦੇ ਵਿੱਚ ਆਪਾਂ 7 ਇੰਚ ਮਿਲਾ ਲਈਏ ਟੋਟਲ ਪੂਰਾ ਸਾਰਾ ਤਾਂ 32 ਇੰਚ ਬਣ ਜਾਂਦਾ ਹੈਗਾ, ਤਾਂ ਜੇ ਆਪਾਂ 12.5 ਦੇ ਵਿੱਚ 3.5 ਇੰਚ ਮਿਲਾ ਲਈਏ ਤਾਂ 16 ਇੰਚ ਬਣ ਜੂਗਾ, ਜਾਣੀ ਕਿ ਇੱਥੋਂ 2.25 ਇੰਚ ਲੂਜ ਰਹਿ ਗਿਆ। ਇੱਥੋਂ ਵੀ ਆਪਾਂ ਨੇ ਉਹੀ ਚੀਜ਼ ਕੀਤੀ ਹੈ ਵੀ 7 ਇੰਚ ਮਿਲਾਇਆ 2.25 ਇੰਚ ਲੂਜ, ਆ ਨਿਸ਼ਾਨ ਲੱਗਿਆ ਹੋਇਆ ਪਹਿਲਾਂ ਇੱਥੋਂ ਪੇਟ ਦਾ, ਉਦੋਂ ਗਾਂ 2.25 ਇੰਚ। ਘੇਰਾ ਆਪਾਂ ਨੇ ਛਾਤੀ ਨਾਲੋਂ 2 ਸੂਤ ਘਟਾ ਦਿੱਤਾ ਕਿਉਂਕਿ ਇਹ ਬੱਚੇ ਦਾ ਪੇਟ ਪਤਲਾ ਹੈ। ਹੁਣ ਆਪਾਂ ਇਹਨੂੰ ਕਟਿੰਗ ਕਰਨੀ ਹੈ, ਇੱਥੇ ਆਪਾਂ ਨੇ ਹਿੱਪ ਦੀ ਟੋਕ ਲਾ ਦੇਣੀ ਹੈ। ਉਸ ਤੋਂ ਬਾਅਦ ਆਪਾਂ ਨੇ 1.5 ਇੰਚ ਇੱਕ ਸੂਤ 'ਤੇ ਗੀਜੇ ਦੀ ਲਾ ਦੇਣੀ ਹੈ। ਹੁਣ ਆਪਾਂ ਨੇ ਜਿਹੜਾ ਗੀਜੇ ਦਾ ਵਾਰ ਰੱਖਣਾ ਉਹਦੀ 7 ਇੰਚ 'ਤੇ ਟੋਕ ਲਾ ਦੇਣੀ ਹੈ, ਕਿਉਂਕਿ ਜਿਹੜੀਆਂ ਸਿਲਾਈਆਂ ਆਉਣਗੀਆਂ ਉਹ ਸਿਲਾਈਆਂ ਟੋਕ ਤੋਂ 2-2 ਸੂਤ ਇੱਧਰੋਂ ਉੱਪਰ ਇੱਧਰੋਂ ਨੀਚੇ, ਜਿਹੜਾ ਆਪਣਾ ਗੀਜੇ ਦਾ ਵਾਰ ਹੈ ਉਹ 6.5 ਇੰਚ ਤਿਆਰ ਰਹਿ ਜੂਗਾ। ਆ ਜਾਓ ਹੁਣ ਆਪਾਂ ਨੀਚੇ ਆਪਾਂ ਘੇਰੇ ਦੀ ਗੁਲਾਈ ਪਾਉਣੀ ਹੈ। ਘੇਰੇ ਦੀ ਗੁਲਾਈ ਨੂੰ ਆਪਾਂ ਨੇ ਕੁਛ ਫੱਟੀ ਦੇ ਨਿਸ਼ਾਨ ਨਾਲ ਸਿੱਧਾ ਕਰ ਲੈਣਾ ਅਤੇ ਨਿਸ਼ਾਨ ਵੀ ਲਾ ਲੈਣਾ ਆਪਾਂ ਨੇ।
ਆਪਾਂ ਘੇਰੇ ਦੀ ਗੁਲਿਆਈ ਪਾ ਲਈ ਹੈ, ਘੇਰੇ ਦੀ ਗੁਲਿਆਈ ਪਾ ਲਈ, ਹਿੱਪ ਦਾ ਵੀ ਆਪਾਂ ਨੇ ਟੋਕ ਲਾਤੀ, ਗੀਜਿਆਂ ਦੇ ਬਾਰਾਂ ਦੇ ਵੀ, ਉੱਪਰੋਂ ਛਾਤੀ ਦਾ ਵੀ। ਹੁਣ ਆਪਾਂ ਨੇ ਗਲਮਾ ਇਹਦਾ ਕੱਢਣਾ ਹੈ। ਗਲਮਾ ਕਾਲਰ ਇਹਦਾ 14 ਇੰਚ ਹੈ, 14 ਇੰਚ ਕਾਲਰ ਨੂੰ 2.25 ਇੰਚ ਚੌੜਾ ਕੱਢਣਾ ਹੈ ਆਹ ਭੰਨ ਤੋਂ ਲੈ ਕੇ ਇੱਧਰ ਇਸ ਟੈਪ। ਉਸ ਤੋਂ ਬਾਅਦ ਜਿਹੜਾ ਨੀਵਾਂ ਕੱਢਣਾ ਉਹ ਵੀ ਤੁਸੀਂ 2.25 ਹੀ ਕੱਢਣਾ, 2.25 ਇੰਚ 'ਤੇ ਆਪਾਂ ਇਹ ਨਿਸ਼ਾਨ ਲਾ ਲਿਆ। ਇਹ ਨਿਸ਼ਾਨ ਨੂੰ ਆਪਾਂ ਨੇ ਨਿਸ਼ਾਨ ਇਹ ਆਪਾਂ ਕੱਢਤਾ। ਹੁਣ ਆਪਾਂ ਇਹਨੂੰ ਕੀ ਕਰਨਾ ਹੈ, ਜਿਹੜੀ ਆਪਣੀ ਆ ਢਾਲ ਹੈ ਇਹ 2.5 ਇੰਚ ਹੈ, ਇਹਨੂੰ ਇੱਕ ਸੂਤ ਜਾਂ ਮੰਨ ਲਓ 2 ਸੂਤ ਇਹਨੂੰ ਲਾ ਦੇਣੀ ਹੈ ਨਾਲੋਂ, ਕਿਉਂਕਿ ਜਿਹੜੇ ਆਹ ਚੀਜ਼ ਦੇ ਵਿੱਚ ਬਲ ਪੈਣ ਲੱਗ ਜਾਂਦੇ ਨੇ ਫਿਰ ਬਲ ਨਹੀਂ ਪੈਂਦੇ ਮੂਹਰੇ ਕਾਲਰ 'ਚ ਜਾ ਕੇ। ਹੁਣ ਆਪਾਂ ਨੇ ਇਹਦੀ ਫੱਟੀ ਕੱਢਣੀ ਹੈ, ਇਹ ਪੁੱਠਾ ਕਮੀਜ਼ ਆ, ਅੰਦਰਲਾ ਪਾਸਾ ਇਹਦਾ ਸਿੱਧਾ ਹੈ। ਫੱਟੀ ਉੱਪਰੋਂ ਜਮ੍ਹਾਂ ਉੱਪਰਲੇ ਸਿਰੇ ਤੋਂ ਨਿਸ਼ਾਨ ਲਾ ਲੈਣਾ, ਇੱਥੇ ਤੀਕਰ ਆਪਣੇ ਗਲਮੇ ਦੀ ਉਹ ਕੱਢੀ ਹੋਈ ਹੈ ਅਤੇ 15 ਇੰਚ ਤੀਕਰ ਆਪਾਂ ਨੇ ਨਿਸ਼ਾਨ ਲਾਉਣਾ ਫੱਟੀ ਦਾ, ਅਤੇ ਆਪਣਾ ਜਿਹੜਾ ਗਲਮਾ ਛੱਡ ਕੇ ਫੱਟੀ 12.5 ਇੰਚ ਤਿਆਰ ਰਹੇਗੀ। ਇਹਨੂੰ ਹੁਣ ਇੱਕ ਸੂਤ ਆਹ ਭੰਨ ਤੋਂ ਇੱਧਰਲੀ ਸਾਈਡ ਕੱਢਣਾ, ਆਹ ਕੀ ਸਾਈਡ ਇਹ ਕਮੀਜ਼ ਦਾ ਬੈਕ ਅਤੇ ਫਰੰਟ ਹੈ। ਹੁਣ ਇਹ ਆਪਣੇ ਮੂਹਰਲਾ ਫਰੰਟ ਕੱਟ ਲਿਆ, ਆਹ ਦੇਖੋ ਇੱਥੋਂ ਤੀਰੇ ਦੀ ਜਿਹੜੀ ਬੈਕ ਹੈ ਇਹ ਦਿਖਣ ਲੱਗ ਗਈ ਆਹ ਚੀਜ਼। ਇਹਨੂੰ ਇੱਕ ਸੂਤ ਇੱਧਰੋਂ ਨੀਵਾਂ ਕਰ ਦਿਓ, ਇਹਨੂੰ ਮਿਣ ਕੇ ਨੀਵਾਂ ਕਰ ਲਿਆ। ਇਸ ਤੋਂ ਬਾਅਦ ਇਹਨੂੰ ਬਿਲਕੁਲ ਟੈਪਰ ਦੇ ਹਿਸਾਬ ਨਾਲ ਕਰ ਦਿਓ, ਇਹਦੇ ਸੈਂਟਰ ਦੇ ਵਿੱਚ ਟੋਕ ਲਾ ਦਿਓ ਵੀ ਆਪਾਂ ਨੇ ਇੱਥੇ ਤੀਰਾ ਲਾਉਣਾ। ਇਹਦਾ ਆਹ ਚੀਜ਼ ਹੈ ਜਿਹੜਾ ਪੁੱਠਾ ਪਾਸਾ, ਇਹ ਕਮੀਜ਼ ਦੀ ਫਰੰਟ ਅਤੇ ਬੈਕ ਦੀ ਕਟਾਈ ਹੈ। ਬਾਂਹ ਦੀ ਆਪਣੀ ਕਟਾਈ ਦੱਸਣੀ ਹੈ, ਬਾਂਹ ਆਪਣੀ ਹੈ 2.5 ਇੰਚ, ਆਪਣੇ ਨਿਸ਼ਾਨ ਲਾ ਲਿਆ। ਉਸ ਤੋਂ ਬਾਅਦ ਇਹਨੂੰ ਆਪਾਂ ਨੇ ਸਕੇਲ ਨਾਲ ਸਿੱਧਾ ਕਰ ਲੈਣਾ, ਸਿੱਧਾ ਕਰਕੇ ਆਪਾਂ ਇਸ ਨੂੰ ਕੱਪੜੇ ਨੂੰ ਅਲੱਗ ਕਰ ਲੈਣਾ, ਇਹਨੂੰ ਇਹ ਹੁਣ ਸਿੱਧਾ ਪਾਸਾ ਇਹ ਆਪਣੇ ਬਾਂਹ ਕੱਟਣੀ ਹੈ, ਇਹਨੂੰ ਆਪਾਂ ਨੇ ਉਲਟਾ ਕੇ ਪੁੱਠਾ ਪਾਸਾ ਉੱਪਰ ਕਰ ਲੈਣਾ। ਹੁਣ ਆਪਾਂ ਨੇ ਇਹਨੂੰ ਮੋੜ ਕੇ ਇਸ ਤਰ੍ਹਾਂ ਜਿਵੇਂ ਆਪਾਂ ਮੋਢੇ ਦੀ ਕਮੀਜ਼ ਦੇ ਫਰੰਟ ਮੋਢੇ ਦੀ ਆਪਾਂ ਨੇ ਕਟਾਈ ਕਰੀ ਸੀਗੀ 2.75 ਇੰਚ, ਇਹਦੇ ਵਿੱਚ ਆਪਾਂ ਨੇ ਕੀ ਕਰਨਾ, ਪਹਿਲਾਂ ਆਪਾਂ ਨੇ ਉਰੇ ਨਿਸ਼ਾਨ ਲਾ ਦੇਣਾ। ਹੁਣ ਆਪਾਂ ਨੇ ਇਹਦਾ ਨਿਸ਼ਾਨ ਆਪਾਂ ਨੇ 2.5 ਇੰਚ 'ਤੇ ਲਾਉਣਾ, ਢਾਈ ਇੰਚ ਦੇ ਨਿਸ਼ਾਨ ਨੂੰ ਆਪਾਂ ਨੇ ਇੱਥੋਂ
ਸਿੱਧਾ ਕਰ ਲੈਣਾ। ਇਹ ਜਿਹੜਾ ਆਪਣੇ ਇਹਦਾ ਨਿਸ਼ਾਨ ਆਪਾਂ ਨੇ ਇੱਥੋਂ ਤੱਕ ਲੈ ਜਾਣਾ, ਬਾਂਹ ਦੀ ਮੂਹਰਲੇ ਫਰੰਟ ਦੀ ਆਪਾਂ ਜਿਹੜਾ ਆਪਣਾ ਮੂਹਰਲੀ ਸਾਈਡ 'ਤੇ ਆਪਣਾ ਆਉਣਾ ਉਹਦੀ ਕਟਾਈ ਹੈ, ਇਹਨੂੰ ਸਿੱਧਾ ਕਰਕੇ ਕੋਨੇ ਦੇ ਉੱਤੇ ਆਪਣੇ ਟੋਕ ਲਾ ਦੇਣੀ ਆ। ਉਸ ਤੋਂ ਬਾਅਦ ਆਪਾਂ ਨੇ ਮੂਹਰਲੇ ਫਰੰਟ ਦੀ ਕਟਾਈ ਥੋੜ੍ਹੀ 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 ਬਿਲਕੁਲ ਕਰ ਦੇਣੀ। ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ, ਹੁਣ ਆਪਣੇ 7.5 ਇੰਚ ਮੋਢਾ ਰੱਖਣਾ, ਆਪਾਂ ਨੇ 7.25 ਇੰਚ 3 ਨਿਸ਼ਾਨ ਲਾ ਲੈਣਾ। 7.5 ਇੰਚ 3 ਨਿਸ਼ਾਨ ਲਾ ਕੇ ਹੁਣ ਆਪਾਂ ਜਿਹੜੀ ਬੈਕ ਸਾਈਡ 'ਤੇ ਕਟਾਈ ਆਉਂਦੀ ਹੈ ਉਹ ਕਟਾਈ ਕਰਨੀ ਹੈ। ਇਹ ਆਪਾਂ ਬੈਕ ਸਾਈਡ ਵਾਲੀ ਕਟਾਈ ਕੱਟਾਂਗੇ। ਹੁਣ ਆਪਾਂ ਨੇ ਬਾਂਹ ਦੀ ਲੰਬਾਈ 1 ਇੰਚ ਉੱਪਰ ਵਧਾ ਲੈਣੀ ਹੈ। 1 ਇੰਚ ਉੱਪਰ ਵਧਾ ਕੇ ਆਪਾਂ ਨੇ 2.5 ਇੰਚ ਆਪਣੇ ਕੋਲ ਬਾਂਹ ਕੀ 2.5 ਇੰਚ 'ਤੇ ਹੀ ਨਿਸ਼ਾਨ ਲਾ ਲੈਣਾ। ਇੱਧਰੋਂ ਆਪਾਂ ਨੇ 5.5 'ਤੇ ਨਿਸ਼ਾਨ ਲਾਉਣਾ। ਆਮ ਆਪਾਂ ਤਕਰੀਬਨ 6 'ਤੇ ਲਾਉਂਦੇ ਹਾਂਗੇ, ਜਿਹਦੀ 31-32 ਇੰਚ ਛਾਤੀ ਹੋਵੇ, 33 ਇੰਚ ਛਾਤੀ ਹੋਵੇ, ਇਹਦੀ 29 ਇੰਚ ਛਾਤੀ ਹੈ, ਆਪਾਂ 5.5 'ਤੇ ਹੀ ਨਿਸ਼ਾਨ ਲਾਉਣਾ ਇਹਦਾ। 5.5 ਤੋਂ ਆਪਾਂ ਨੇ ਜੇ ਆਪਾਂ ਬਾਜੂ ਦਾ ਵਿਚਾਲਾ ਲਈਏ ਤਾਂ 10.5 ਆਉਂਦਾ, ਪਰ ਨਹੀਂ ਆਪਾਂ 10.5 ਤੋਂ 1 ਇੰਚ ਨੀਚੇ ਲੈ ਲਵਾਂਗੇ, ਇੱਥੇ ਨਿਸ਼ਾਨ ਲਵਾਂਗੇ। ਇੱਥੋਂ ਬਾਅਦ ਜਿਹੜੀ 6 ਇੰਚ 6.25 ਇੰਚ ਰੱਖ ਲੈਣੀ ਹੈ ਆਪਣੇ। ਹੁਣ ਆਪਾਂ ਫੱਟੀ ਦੇ ਨਾਲ ਆਪਾਂ ਇਹਨੂੰ ਪਹਿਲਾਂ ਇਸ ਨਿਸ਼ਾਨ ਨੂੰ ਸਿੱਧਾ ਕਰਾਂਗੇ। ਉਸ ਤੋਂ ਬਾਅਦ ਆਪਾਂ ਨੇ ਇਹ ਨਿਸ਼ਾਨ ਸਿੱਧਾ ਕਰਾਂਗੇ। 6.25 ਇੰਚ ਨਿਸ਼ਾਨਾਂ ਦੇਖੋ 6.25 ਦੀ ਹੀ ਪਈ ਹੈ। ਇਹਨਾਂ ਨੂੰ ਹੁਣ ਆਪਾਂ ਨੇ ਕਾਰਡ ਇੱਥੋਂ ਕੱਟ ਦੇਣੀ ਹੈ। ਉਸ ਤੋਂ ਬਾਅਦ ਆਪਾਂ ਨੇ ਕੱਪੜੇ ਨੂੰ ਫੇਰ ਕੇ ਬਿਲਕੁਲ ਆਪਣੇ ਸਾਹਮਣੇ ਲਿਆਉਣਾ। ਹੁਣ ਆਪਾਂ ਨੇ ਕੀ ਕਰਨਾ, ਉਸ ਤੋਂ ਮਗਰੋਂ ਬਾਂਹ ਨੂੰ ਆਪਣੇ ਉਲਟਾ ਲਿਆਉਣੀ ਹੈ। ਆਹ ਨੀਚੇ ਵਾਲਾ ਪਾਸਾ ਗੇੜਾ ਖਾ ਕੇ ਉੱਪਰ ਆ ਗਿਆ, ਜਾਣੀ ਕਿ ਮੈਂ ਤੁਹਾਨੂੰ ਖੋਲ੍ਹ ਕੇ ਹੀ ਬਾਂਹ ਦਿਖਾ ਦਿੰਦਾ। ਜਿਹੜਾ ਹੁਣ ਪਾਸਾ ਆਹ ਪਾਸੇ ਆਪਣੇ ਫੱਟੀ ਕੱਢਣੀ ਹੈ, ਇਹ ਫੱਟੀ ਦਾ ਨਿਸ਼ਾਨ ਤੁਸੀਂ 2.5 ਇੰਚ 'ਤੇ ਲਾ ਲਓ ਅਤੇ 5.5 ਇੰਚ ਇਹਨੂੰ ਲੰਬਾ ਲਾ ਲਓ। ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਇੱਕ ਦੇ 5.5 ਲਾਉਣਾ ਆਪਾਂ ਨੇ, ਜਾਂ ਆਪਾਂ ਨੇ 2.5 ਇੰਚ ਹੀ ਕੱਢਣੀ ਹੈ। ਭਾਰੀ ਬੰਦੇ ਦੀ ਆਪਾਂ ਜ਼ਿਆਦਾ ਫੱਟੀ ਚੌੜੀ 3 ਤੋਂ ਵੀ ਕੱਢ ਸਕਦੇ ਹਾਂ। ਜੇ ਫੱਟੀ ਲੰਬੀ ਭਾਲਦਾ ਹੋਵੇ, ਮੰਨ ਲਓ ਗੱਲ ਵੀ ਆਪਾਂ ਫੱਟੀ ਦੇ ਵਿੱਚ ਬਟਨ ਲਾਉਣਾ ਉਰੇ ਸੈਂਟਰ ਕਰਕੇ, ਤਾਂ ਉਹਦੀ ਫੱਟੀ ਲੰਬੀ ਵੀ ਬਣਾਉਣੀ ਪੈਂਦੀ ਆਪਾਂ ਨੂੰ, 6.5 ਜਾਂ 6.5 ਜਾਂ 6.75 ਵੀ ਬਣਾ ਦਿੰਦੇ ਹਾਂ ਆਪਾਂ। ਹੁਣ ਆਪਾਂ ਇਹਨੂੰ ਜਿਹੜੀ ਆਹ ਚੀਜ਼ ਉਹ ਹੈ ਇਹਨੂੰ ਕੱਟ ਦੇਣਾ ਮਾਰਕੇ ਦੇ ਅੰਦਰਲੇ ਪਾਸੋਂ। ਜਿਹੜੀ ਇਹਦੀ ਟੋਕ ਲਾਉਣੀ ਹੈ ਉਹ ਟੋਕ ਇੱਧਰਲੀ ਸਾਈਡ ਲਾਉਣੀ ਹੈ। ਇਹ ਕਮੀਜ਼ ਦੀ ਬਾਂਹ ਕੱਟੀ ਗਈ ਹੈ, ਇਹ ਆਪਾਂ ਨੇ ਪੁੱਠੇ ਪਾਸੇ ਦਾ ਨਿਸ਼ਾਨ ਲਾ ਤਾ। ਹੁਣ ਤੁਹਾਨੂੰ ਅਸੀਂ ਇਹ ਜਿਹੜਾ ਪੀਸ ਆਪਣਾ ਬਚਿਆ ਹੈਗਾ 42 ਇੰਚ ਪਾਉਣਾ ਸੀ, ਇਹ ਬਾਂਹ ਦੇ ਨਾਲੋਂ ਪੀਸ ਬਚਿਆ ਕਿਉਂਕਿ ਪਤਲੇ ਨਾਪ ਦਾ ਇਹ ਕਮੀਜ਼ ਹੈ, ਇਸ ਕਰਕੇ ਇਹਦੇ ਵਿੱਚੋਂ ਬਚਿਆ। ਹੁਣ ਆਪਾਂ ਨੇ ਕੀ ਕਰਨਾ, ਇਹਦਾ ਇਹਦੇ ਵਿੱਚੋਂ ਤੀਰਾ ਕੱਟਣਾ। ਤੀਰਾ ਇਹਦਾ ਪਾਉਣਾ 16। ਹੁਣ ਆਪਾਂ ਤੀਰੇ ਦੀ ਕਟਾਈ ਕੱਟਣੀ ਹੈ। ਤੀਰਾ ਆਪਣਾ ਪਾਉਣੇ 15, ਜਾਣੀ ਕਿ
ਇਹ ਪੌਣੇ 15 ਇੰਚ ਤੇ ਆਪਾਂ ਨੇ ਕਿਹੜਾ ਨਿਸ਼ਾਨ ਲਾਤਾ। ਹੁਣ ਇਹਦੇ ਵਿੱਚ 1 ਇੰਚ ਆਪਾਂ ਨੇ ਵਧਾ ਕੇ ਲਾਉਣਾ ਹੈ, ਪੌਣੇ 16 ਇੰਚ। ਪੌਣੇ 16 ਇੰਚ ਆਪਾਂ ਨੇ ਪੀਸ ਅਲੱਗ ਕਰ ਲੈਣਾ। ਇਹਨੂੰ ਹੁਣ ਆਪਾਂ ਨੇ ਦੂਰਾ ਮੋੜਨਾ। ਹੁਣ ਆਪਾਂ ਨੇ ਇੱਥੇ ਜਿਹੜਾ ਨਿਸ਼ਾਨ ਆ ਉਹ 3.5 ਇੰਚ 'ਤੇ ਲਾਉਣਾ। ਇੱਥੇ ਜਿਹੜਾ ਨਿਸ਼ਾਨ ਲਾਉਣਾ ਆਪਾਂ ਨੇ ਉਹ 5 ਇੰਚ 'ਤੇ। ਜਿਹੜੀ ਤੀਰੇ ਦੀ ਆਪਾਂ ਨੇ ਕਮੀਜ਼ ਦੀ ਕਟਾਈ ਕਰੀ ਆ ਉਹ ਆਪਾਂ 2.25 'ਤੇ ਨਿਸ਼ਾਨ ਲਾਉਣਾ, ਪਰ ਆਪਾਂ ਇਹਦਾ ਨਿਸ਼ਾਨ 1 ਸੂਤ ਵਧਾ ਕੇ ਲਾਵਾਂਗੇ। ਜਿਹੜੀ ਤੀਰੇ ਦੀ ਆਪਾਂ ਨੇ ਗੁਲਾਈ ਕੱਢਣੀ ਆ ਉਹ 2 ਇੰਚ, 2 ਇੰਚ 'ਤੇ ਆਪਾਂ ਨੇ ਆਹ ਨਿਸ਼ਾਨ ਲਾ ਲਿਆ। ਹੁਣ ਇਹਦੀ ਆਪਾਂ ਨੇ ਗੁਲਾਈ ਪਾ ਦੇਣੀ ਹੈ। ਹੁਣ ਆਪਾਂ ਨੇ ਫੱਟੀ ਨਾਲ ਇਹਨੂੰ ਬਿਲਕੁਲ ਸਿੱਧਾ ਕਰ ਦੇਣਾ। ਇਹ ਤੀਰੇ ਦੀ ਆਪਾਂ ਨੇ ਚਾਕ ਦੀ ਅੰਦਰਲੀ ਸਾਈਡ ਕਟਾਈ ਕਰ ਦਿੱਤੀ ਹੈ। ਹੁਣ ਆਪਾਂ ਨੇ ਜਿਹੜੀ ਕਮੀਜ਼ ਦੇ ਨਾਲ ਪੱਲਾ ਜੁੜਨਾ ਉਹ 4.25 ਇੰਚ ਆਪਣਾ ਤੀਰਾ, 4.25 ਇੰਚ ਇਹਦੇ ਵਿੱਚ ਮਿਲਾਉਣਾ ਆਪਾਂ ਨੇ। ਹੁਣ 15.5 ਇੰਚ ਜਿੰਨੀ ਵੀ ਆ 1 ਸੂਤ ਦੀ ਆਪਣੇ ਕੋਲ ਪੀਸ ਵੱਧ ਆ ਇਹਨੂੰ ਲਾ ਦੇਣਾ। ਓਨਾ ਹੀ ਆਪਾਂ ਨੇ ਹੁਣ 3.5 ਇੰਚ ਜਿਹੜਾ ਆਪਾਂ ਨੇ ਇੱਥੋਂ ਰੱਖਿਆ ਹੈਗਾ ਓਨਾ ਹੀ ਜਿੰਨਾ ਆਪਾਂ ਨੇ ਆਹ ਪੀਸ ਲਾਇਆ ਹੈਗਾ ਨਾਲੋਂ ਓਨਾ ਹੀ ਪੀਸ ਆਪਾਂ ਨੇ ਇਹਦੇ ਨਾਲ ਲਾ ਲੈਣਾ। ਆਹ ਦੇਖੋ ਇਹ ਬਿਲਕੁਲ ਤੀਰਾ ਇਹਦੇ ਨਾਲ ਮਿਲ ਗਿਆ। ਜਿਹੜੀ ਹੁਣ ਕਾਲਰ ਦੀ ਸ਼ੇਪ ਆ ਬਿਲਕੁਲ ਉਹ ਗੋਲ ਆਊਗੀ ਭਾਈ। ਹੁਣ ਆਪਾਂ ਨੇ ਕੀ ਕਰਨਾ, ਆਹ ਚੀਜ਼ ਮਾਰੀ ਹੈ ਇਹਨੂੰ ਵੀ 1 ਸੂਤ ਇੱਥੋਂ ਢਾਲ ਦੇਣਾ। ਇਹ ਆਪਾਂ ਨੇ ਟੋਕ ਲਾ ਦਿੱਤੀ ਹੈ, ਇਹ ਨਿਸ਼ਾਨ ਵੀ ਲਾ ਦਿੱਤਾ ਆਪਾਂ ਨੇ। ਹੁਣ ਆਪਾਂ ਨੇ ਕਮੀਜ਼ ਵੀ ਕੱਟਤੀ, ਬਾਹਾਂ ਵੀ ਕੱਟਤੀਆਂ ਅਤੇ ਤੀਰੇ ਦੀ ਵੀ ਕਟਾਈ ਕੱਟਤੀ।